ਆਇਨੀ ਹਜ਼ੂਰ ਤੇ ਸਰੂਰ ਆ ਗਿਆ ਬਸ਼ਰੀ ਲਿਬਾਸ ਵਿੱਚ ਨੂਰ ਆ ਗਿਆ ਆਇਨੀ ਹਜ਼ੂਰ ਤੇ ਸਰੂਰ ਆ ਗਿਆ ਬਸ਼ਰੀ ਲਿਬਾਸ ਵਿੱਚ ਨੂਰ ਆ ਗਿਆ ਜਿਹੜਾ ਜਬਰੀਲ ਨੇ ਨਜ਼ਾਰਾ ਵੇਖਿਆ ਉਹ ਪਰਦੇ ਵਿੱਚ ਨੂਰੀ ਨੂਰੀ ਤਾਰਾ ਵੇਖਿਆ ਜਿਹੜਾ ਜਬਰੀਲ ਨੇ ਨਜ਼ਾਰਾ ਵੇਖਿਆ ਉਹ ਪਰਦੇ ਵਿੱਚ ਨੂਰੀ ਨੂਰੀ ਤਾਰਾ ਵੇਖਿਆ ਬਣ ਕੇ ਉਹ ਰੱਬ ਦਾ ਜ਼ਹੂਰ ਆ ਗਿਆ ਬਸ਼ਰੀ ਲਿਬਾਸ ਵਿੱਚ ਨੂਰ ਆ ਗਿਆ ਰਾਹੀ ਜਿਹੜਾ ਯਾਰ ਦਾ ਮਿਲਾਦ ਕਰਦਾ ਅੱਲਾ ਉਹਦੇ ਘਰ ਨੂੰ ਆਬਾਦ ਕਰਦਾ ਰਾਹੀ ਜਿਹੜਾ ਯਾਰ ਦਾ ਮਿਲਾਦ ਕਰਦਾ ਅੱਲਾ ਉਹਦੇ ਘਰ ਨੂੰ ਆਬਾਦ ਕਰਦਾ ਜੰਨਤ ਵਿੱਚ ਪਹਿਲੇ ਉਹ ਪੂਰੇ ਆ ਗਿਆ ਆਏ ਨੇ ਹਜ਼ੂਰ ਤੇ ਸਰੂਰ ਆ ਗਿਆ ਅੱਲਾ ਤਾਲਾ ਦੀ ਹਮਦੋ ਸਨਾ ਤੋਂ ਬਾਅਦ ਤਾਜਦਾਰੇ ਅੰਬਿਆ ਜਾਨੇ ਕਹਿਨਾਤ ਬਲਕਿ ਜਾਨੇ ਜਹਾਨੇ ਕਹਿਨਾਤ ਅਹਿਮਦ ਮੁਜਤਬਾ ਜਨਾਬੇ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੀ ਪਾਕ ਬਰਗਾਹੇ ਆਲੀਆ ਦੇ ਅੰਦਰ ਦਰੂਦੋ ਸਲਾਮ ਦੇ ਨਜ਼ਰਾਨੇ ਪੇਸ਼ ਕਰਨ ਤੋਂ ਬਾਅਦ ਪੀਰੇ ਤਰੀਕਤ ਰਹਿਬਰੇ ਸ਼ਰੀਅਤ ਜਿਗਰ ਗੋਸ਼ੇ ਸੁਲਤਾਨੁਲ ਆਰਫੀਨ ਹਜ਼ਰਤ ਸਾਹਿਬਜ਼ਾਦਾ ਸਖੀ ਸੁਲਤਾਨ ਫਤਿਹ ਮੁਹੰਮਦ ਸਾਹਿਬ ਔਰ ਬਾਨੀਆਂ ਨੇ ਮਹਿਫਲ ਜਨਾਬ ਮੁਹਤਰਮੀ ਮੁਕਰਮੀ ਮੁਹੰਮਦ ਫਿਆਜ਼ ਖਾਨ ਸਾਹਿਬ ਮੁਹੰਮਦ ਸ਼ਹਬਾਸ ਖਾਨ ਸਾਹਿਬ ਔਰ ਦੀਗਰ ਮੇਰੇ ਮਹਿਬੂਬ ਦੇ ਆਸ਼ਕੋ ਤੇ ਦੀਵਾਨੇ ਹੋ ਅਦਬ ਨਾਲ ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੋ ਦੁਆ ਕਰੋ ਮੇਰੀ ਤੇ ਤੁਹਾਡੀ ਹਾਜ਼ਰੀ ਅੱਲਾ ਕਰੀਮ ਆਪਣੇ ਪਾਕ ਦਰਬਾਰ ਚ ਕਬੂਲ ਫਰਮਾਏ ਅੱਜ ਦੋ ਖੁਸ਼ੀਆਂ ਨੇ ਇੱਕ ਤਾਂ ਖੁਸ਼ੀ ਨਬੀ ਦੇ ਮਿਲਾਦ ਦੀ ਔਰ ਦੂਸਰੀ ਖੁਸ਼ੀ ਮੇਰੇ ਮੁਰਸ਼ਿਦ ਕਾਮਿਲ ਹਜ਼ਰਤ ਸੁਲਤਾਨੁਲ ਆਰਫੀਨ ਦੀ ਔਲਾਦ ਪਾਕ ਸਟੇਜ ਤੇ ਜਲਵਾ ਕਰ ਰਹੇ ਨਾਲੇ ਹਜ਼ੂਰ ਦਾ ਮਿਲਾਦ ਸੁਣੋ ਨਾਲੇ ਅੱਲਾ ਦੇ ਨੇਕ ਬੰਦਿਆਂ ਦੀ ਜ਼ਿਆਰਤ ਕਰੋ ਹਜ਼ਰਾਤ ਮੋਹਤਰਮ ਸ਼ਾਹ ਵਲੀਉੱਲਾ ਮੁਹੱਦਿਸ ਦੇਹਲਵੀ ਆਪ ਫਰਮਾਉਂਦੇ ਨੇ ਮੇਰੇ ਵਾਲਿਦ ਗਿਰਾਮੀ ਹਜ਼ਰਤ ਸ਼ਾਹ ਅਬਦੁਲ ਰਹੀਮ ਮੁਹੱਦਿਸ ਦੇਹਲਵੀ ਸੁਭਾਨ ਅੱਲਾ ਹਰ ਸਾਲ ਹਜ਼ੂਰ ਦੇ ਨਾਂ ਦੀ ਮਹਿਫਲ ਸਜਾਉਂਦੇ ਹਨ ਵਕਤ ਇੰਜ ਦਾ ਆ ਗਿਆ ਕਿ ਜ਼ਹਿਰੀ ਤੌਰ ਤੇ ਮਾਲੀ ਹਾਲਤ ਕਮਜ਼ੋਰ ਹੋ ਗਈ ਜਦੋਂ ਮਾਲੀ ਹਾਲਤ ਕਮਜ਼ੋਰ ਹੋਈ ਆਪ ਪਰੇਸ਼ਾਨ ਹੋ ਕੇ ਸ਼ਾਮ ਨੂੰ ਘਰ ਨੂੰ ਤਸ਼ਰੀਫ ਲੈ ਆਏ ਸ਼ਾਹ ਵਲੀਉੱਲਾ ਮੁਹੱਦਿਸ ਦੇਹਲਵੀ ਫਰਮਾਉਂਦੇ ਨੇ ਕਿ ਮੇਰੀ ਵਾਲਦਾ ਨੇ ਮੇਰੇ ਵਾਲਿਦ ਦੇ ਚਿਹਰੇ ਵੱਲ ਵੇਖਿਆ ਵੇਖ ਕੇ ਕਹਿਣ ਲੱਗੀ ਅੱਜ ਖੈਰ ਤੇ ਸ਼ਾਹ ਅਬਦੁਲ ਰਹੀਮ ਅੱਜ ਚਿਹਰਾ ਤੁਹਾਡਾ ਪਰੇਸ਼ਾਨ ਹੈ
سکیا چہرہ اس گلو پریشان ہے کہ میلاد والی رات آ گئی ہے تے مالی حالت بھی کمزور ہو گئی ہے. اگر طاقت ہو گیا تے میں آج حضور دی محفل نہ سجا لما آج حضور دے نام دی محفل نہ سجا لما ہو سکے چلو کوئی گل نہیں زہری طور تے مالی حالت کمزور ہے پر ایمان تا کمزور نہیں ہویا جذبہ تا کمزور نہیں ہویا. گھر دے اندر کچھ چھولے موجود ہیں میں انہاں نوں سیک لا کے تے تینوں دے دینی ہے بن کے تو حضور دے نام دی محفل سجا دے محفل تو بعد اے چھولے تقسیم کر چھڈیں او کملی والا محبوب قبول فرما لے گا. سبحان اللہ. شاہ ولی اللہ محدث دہلوی فرماندے ہیں میرے والد گرامی حضرت شاہ عبد الرحیم محدث دہلوی نے حضور دے نام دی محفل سجائی. محفل سجان تو بعد ختم پڑھیا گیا چھولے تقسیم کیتے گئے. حضرت شاہ عبد الرحیم محدث دہلوی نے جدو محفل مکا لئی نا تے انج مدینے وال ہاتھ جوڑے عرض کیتی سونے میں تیرے نام دی محفل کرا چھڈی آئی قبول فرما لائے انج مدینے ال ہاتھ جوڑے تے نالے عرض کیتی کیا پیشے ایک رات تجھ کو کیا چیز ہماری ہے کیا پیشے ایک رات تجھ کو کیا چیز ہماری ہے اور یہ دل بھی تمہارا ہے یہ جان تمہاری ہے اور یہ دل بھی تمہارا ہے اور یہ جان تمہاری ہے. انج مدینے آلات جوڑ کے عرض کیتی سونیا میں تیرے نام دی محفل کرا چھڈی آئی لاج پالا اینو قبول فرما لے سونے اینو قبول فرما لے. حضرت شاہ عبد الرحیم محدث دہلوی فرما دین میرے والد گرامی حضور دی یاد دے اندر گلا کردے اکھاں وچوں اتھرو وہندے جدو شاہ عبد الرحیم محدث دہلوی حضور دی پیار لے کے حضور دی محبت لے کے ستے زہری اکھ بند ہوئی دل دی کھلی اکھ بند ہو گئی دل دی اکھ کھلی نبی پاک دی زیارت نصیب ہو گئی. میرے مرشد کامل عارفاں دے سلطان حضرت سخی سلطان باہو رحمت اللہ علیہ سمن تے جاگن دا تذکرہ فرمایا آپ نے فرمایا ایک جاگ لے ایک جاگ نہ جان لے ایک جاگ دہائی اے ستے ایک جاگ دے آئی اے مٹھے اوکی ہویا گو جاگے او جیڑا لیندے سا اے پٹھے تو میرا کامل باہو جنا خون پریم دے جتے رسالہ خلافت
ਕੁਰਬਾਨੀਆਂ ਮੈਂ ਕੁਰਬਾਨ ਇਹਦੀਆਂ ਤੂੰ ਮੇਰਾ ਖਾ ਮਿਲਵਾਓ ਉਹ ਜਿੰਨਾ ਖੂਬ ਪ੍ਰੇਮ ਦੇ ਇਹ ਜੁੱਤੇ ਹਜ਼ਰਤ ਸ਼ਾਹ ਅਬਦੁਲ ਰਹੀਮ ਉਹਦੇ ਸੇ ਦਿਲ ਵੀ ਫਰਮਾਨੇ ਮੈਨੂੰ ਹਜ਼ੂਰ ਦੀ ਜ਼ਿਆਰਤ ਨਸੀਬ ਹੋਈ ਮੈਂ ਵੇਖਿਆ ਤੇ ਮੇਰੇ ਮਦਨੀ ਮਹਿਬੂਬ ਦੇ ਸਾਹਮਣੇ ਖਾਣੇ ਲੱਗੇ ਪਏ ਹਜ਼ੂਰ ਨੇ ਖਾਣੇ ਵੱਲ ਵੇਖ ਕੇ ਪਿਆਲੇ ਦੇ ਵਿੱਚੋਂ ਥੋੜੇ ਜਿਹੇ ਛੋਲੇ ਚਾਏ ਹਜ਼ੂਰ ਨੇ ਸਾਰੇ ਸਾਹਿਬਾਂ ਨੂੰ ਤਕਸੀਮ ਕੀਤੇ ਆ ਫਰਮਾਨੇ ਨੇ ਹਜ਼ੂਰ ਨੇ ਗੋਰਾ ਗੋਰਾ ਹੱਥ ਮੇਰੇ ਵੱਲ ਵੀ ਵਧਾਇਆ ਮੈਂ ਅਰਜ਼ ਕੀਤੀ ਸੋਹਣਿਆ ਸਾਰੇ ਖਾਣਿਆਂ ਵਿੱਚੋਂ ਤੁਹਾਨੂੰ ਛੋਲੇ ਹੀ ਪਸੰਦ ਮੀਆਂ ਸਾਹਿਬ ਮੁਹੰਮਦ ਬਖਸ਼ ਖੜੀ ਸ਼ਰੀਫ ਵਾਲੇ ਫਰਮਾਨੇ ਨੇ ਹੁਣ ਸੁਖ ਨੇ ਅੰਦਰ ਹੁਣ ਸੁਖ ਨੇ ਅੰਦਰ ਉਹ ਮੈਨੂੰ ਮਾਹੀ ਇਹ ਮਿਲਿਆ ਤੇ ਮੈਂ ਪਾ ਲਈਆਂ ਗੱਲ ਵਿੱਚ ਪਾਵਾਂ ਡਰਦੀ ਮਾਰੀ ਡਰਦੀ ਮਾਰੀ ਅੱਖ ਨਾ ਖੋਲਾ ਮਾਤੇ ਫੇਰ ਵਿਛੜ ਨਾ ਜਾਵਾ ਡਰਦੀ ਮਾਰੀ ਡਰਦੀ ਮਾਰੀ ਅੱਖ ਨਾ ਖੋਲਾ ਮਾਤੇ ਫੇਰ ਵਿਛੜ ਨਾ ਜਾਵਾ ਮੈਂ ਅਰਜ਼ ਕੀਤੀ ਵੱਲੇ ਦੀਆਂ ਜ਼ੁਲਫਾਂ ਵਾਲਿਆ ਸਾਰੇ ਖਾਣਿਆਂ ਵਿੱਚੋਂ ਤੁਹਾਨੂੰ ਛੋਲੇ ਹੀ ਪਸੰਦ ਨੇ ਹਜ਼ੂਰ ਮੁਸਕਰਾ ਪਏ ਮੇਰੇ ਮਦਨੀ ਮਹਿਬੂਬ ਨੇ ਫਰਮਾਇਆ ਸ਼ਾਹ ਅਬਦੁਲ ਰਹੀਮ ਇਹ ਹੋਈ ਛੋਲੇ ਨੇ ਜਿਹੜੇ ਰਾਤੀ ਤੂੰ ਤਕਸੀਮ ਕੀਤੇ ਨੇ ਇਹ ਹੋਈ ਛੋਲੇ ਜਿਹੜੇ ਰਾਤੀ ਤੂੰ ਤਕਸੀਮ ਕੀਤੇ ਨੇ ਇਹ ਓਈ ਛੋਲੇ ਨੇ ਹੁਣ ਪਤਾ ਚੱਲ ਗਿਆ ਨਬੀ ਸੋਹਣਾ ਆਪਣੇ ਨਾਂ ਦੀਆਂ ਮਹਿਫਲਾਂ ਸਜਾਉਣ ਵਾਲਿਆਂ ਨੂੰ ਜਾਣਦਾ ਛੋਲੇ ਤਕਸੀਮ ਕਰਨੇ ਵੀ ਜਾਣਦਾ ਏ ਫਿਰ ਮੈਂ ਕਿਉਂ ਨਾ ਖਾਂ ਮਿਲਾ ਦੇ ਮੁਸਤਫਾ ਦਾ 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 ਜੋ ਉਮੀਦੀ ਮਨਾਵੇ ਉਹ ਰੋਜ਼ੀ ਰੱਜ ਕੇ ਖਾਵੇ ਕਾਨੂੰਨ ਹੈ ਖੁਦਾ ਦਾ ਕਾਨੂੰਨ ਹੈ ਖੁਦਾ ਦਾ ਮਿਲਾ ਦੇ ਮੁਸਤਫਾ ਦਾ ਅਜ਼ਰਾਤ ਮਿਲਾਦ ਦੀ ਬਰਕਤ ਦੇ ਨਾਲ ਸ਼ਾਬਦੁਰ ਰਹੀਮ ਅੱਧੇ ਸੇ ਦਿਲ ਵੀ ਫਰਮਾਉਂਦੇ ਨੇ ਮੈਨੂੰ ਹਜ਼ੂਰ ਦੀ ਜ਼ਿਆਰਤ ਨਸੀਬ ਹੋਈ ਅੱਲਾ ਕਰੀਮ ਨੇ ਇਰਸ਼ਾਦ ਫਰਮਾਇਆ ਕਦ ਜਾਅਕੁਮ ਮਿਨ ਅੱਲਾਹਿ ਨੂਰੁਮ ਕਿਤਾਬੁਮ ਮੁਬੀ ਤਾ ਹਕੀਕ ਮੇਰੀ ਤਰਫੋਂ ਆਇਆ ਇੱਕ ਨੂਰ ਮੇਰੀ ਤਰਫੋਂ ਆਇਆ ਇੱਕ ਨੂਰ ਮੁਫਸਰੀਨ ਫਰਮਾਦਨ ਨੂਰ ਤੋਂ ਮੁਰਾਦ ਹਜ਼ੂਰ ਦੀ ਜ਼ਾਤ ਏ ਕਿਤਾਬ ਤੋਂ ਮੁਰਾਦ ਕੁਰਾਨੇ ਪਾਕ ਏ ਕਿਤਾਬ ਤੋਂ ਮੁਰਾਦ ਕੁਰਾਨੇ ਪਾਕ ਏ ਨੂਰ ਪਹਿਲੇ ਕਿਤਾਬ ਬਾਦ ਵਿੱਚ ਏ ਨੂਰ ਪਹਿਲੇ ਕਿਤਾਬ ਬਾਦ ਵਿੱਚ ਏ ਰੱਬ ਨੇ ਪਹਿਲੇ ਨੂਰ ਭੇਜਿਆ ਨੂਰ ਆ ਦਿਨ ਚਾਨਣ ਨੂੰ ਨੂਰ ਆ ਦਿਨ ਰੋਸ਼ਨੀ ਨੂੰ ਕਿਤਾਬ ਪੜ੍ਹਨ ਵਾਸਤੇ ਚਾਨਣ ਦੀ ਲੋੜ ਕਿਤਾਬ ਪੜ੍ਹਨ ਵਾਸਤੇ ਚਾਨਣ ਦੀ ਲੋੜ ਰੱਬ ਨੇ ਪਹਿਲੇ ਚਾਨਣ ਦਾ ਇੰਤਜ਼ਾਮ ਕੀਤਾ ਬਾਅਦ ਚ ਕਿਤਾਬ ਭੇਜੀ ਕਿਤਾਬ ਹਨੇਰੇ ਤੇ ਨਹੀਂ ਪੜੀ ਵੈਂਦੀ
किताब अनेरे ते नहीं पढ़ी वैंदी, रब ने पहले नूर भेजिया बाद च किताब भेजी। मुफसरीन फरमा देने अगर तेरे दिल दे अंदर नबी दी मुहब्बत पैदा हो गई, नबी नु नूर तस्लीम कर लैसे, ए कुरान दी समझ आवैसी। अगर नबी नु नूर तस्लीम ना कर से कियामत तक कुरान पढ़दा रवेगा, तैनू कुरान दी समझ नहीं आ सकदी। तैनू कुरान पाक दी समझ नहीं आ सकदी। हजरात मोहतरम मेरे मदनी महबूब ने जिब्राइल दे कोल पुछया, जिब्राइल दसा तेरी उम्र कितनी है। जिब्राइल ने अर्ज की, सोनिया मैनु इतना ते मालूम नहीं, इतना मैनु याद है 70,000 साल तू बाद एक तारा जाहिर होंदा है चौथे हिजाब ते, चौथे आसमान ते एक तारा जाहिर होंदा है। मैं उस तारे नु 72,000 मरतबा वेख चुका वा। मेरे मदनी महबूब ने फरमाया, जिब्राइल ओ तारा मैं तेनु विखावा। हुण पहचान हो गई सी। मेरे मदनी महबूब ने इन अपनी दस्तार मुबारक पिछा हटाई। जिब्राइल कहंदा मैनू कसम है अपने मालिक दी, जदे कब्जे कुदरत दे अंदर मेरी जान है, ओ चमक दो या सितारा तू मुहम्मद अरबी है। ते मियां साहिब फरमा देनु नूर मुहम्मद, नूर मुहम्मद ए जाहिर होया अज नया दम होया, अव्वल आखिर दोवें पासे आपे ही ओ मल खलोया, अव्वल आखिर अव्वल आखिर अव्वल आखिर दोवें पासे आपे ही ओ मल खलोया। वल अव्वलो वल आखिरो व जाहिरो वल बातिनो व हुवा बिकुल्ली शैइन अलीम। वही अव्वल वही आखिर वही जाहिर वही बातें वही सब कुछ जानता है, वही सब कुछ जानता गए। अल्लामा इकबाल कहंदा है न फरिश्ता था न आदम थे न जाहिर था खुदा पहले, न फरिश्ता था न आदम थे न जाहिर था खुदा पहले, बने सारी खुदाई से मोहम्मद मुस्तफा पहले। वल अव्वलो वल आखिरो व जाहिरो वल बातिनो व हुवा बिकुल्ली शैइन अलीम। शेख अब्दुल हक मुहद्दिस दे मदारे जो नबूवत दे खुतबे दे अंदर इरशाद फरमांदे ने, ए आयत शान खुदा भी है नात मुस्तफा भी है, बल्कि इंजा खा सारे दा सारा कुरान अलिफ तू व नास तक ए मेरे नबी दी शान विच आया, ए मेरे नबी दी नात है। ते मियां मुहम्मद बख्श खड़ी शरीफ वाले फरमान ने शद्दा मद्दा, शद्दा मद्दा ए जेरा जबरा, शान तेरे विच आया अमलोगा खबर नकाई, खासा ने रमेजा बन पाया।
آ میں لوگا خبر نکائی خاصا نرمزا پایا میرے مرشد کامل عرفان سلطان حضرت سخی سلطان باہو رحمت اللہ علیہ آ فرما دن عاشقیوں میں عشق کماں میں او دل رکھی واگے اے پہاڑا او لکھ لکھ گلے اے بدیا اولاؤں میں کر سمجھی باغے اے بہارا من سور جائے او چڑ سولی گئے جڑے واقف کھلے اسرارا او سجدیو سر نا چاہیے میرا کامل باہو سجدیوں سر نا چاہیے میرا کامل باہو باویں کافر کہنے ہزارا او شدا مدا زیرا زبرا شان ترے وچ آیا میں لوگا خبر نکائی خاصا نرمزا بائی پایا آ جدو تیرے تے میرے مدنی محبوب دی ولادت ہوئی سرکار دی اما جال فرما دیا نے میرے کنا دے اندر آوازاں آن لگ پئیاں میرے کنا دے وچ آوازاں آن لگ پئیاں بی بی مبارک ہووی بی بی مبارک ہووی جیڑا تیرے گود دے اندر بچہ آن والا ہے اے آخر زمان نبی بن کے آ رہی ایدہ نام محمد رکھی صلی اللہ علیہ وآلہ وسلم ایدہ نام محمد رکھی رب نے یار دا نام ایندا رکھے آئے کوئی چومے یا نہ چومے جدو اکھیوے نا اللہ لب کھل ویندے جدو اکھیوے محمد لب مل ویندے رب نے یار دا نام انج دا رکھیا کہ لوگو جنہاں دا تعلق میرے نال ٹٹو ہو سی نا اے کملی والا محبوب جوڑ دے سی تے میاں سے فرما دن میٹھا سونا اے نام محمدی جے کوئی منہ نو ہلاوے ایک لب نال دوے دے بر بر جپی آئے پاوے ایک لب نال دوے دے بر بر جپی آ پاوے جدو تیرے تے میرے میٹھے مدنی محبوب دی ولادت ہوئی حضور نے آندے آ سر سجدے رکھیا سجدہ کرن واسطے جگہ پاک ہونا ضروری ہے جسم پاک ہوے کپڑا پاک ہوے حضور نے آندے آ دسیا میں بھی پاک ہاں میری اما بھی پاک ہے تے روح کائنات تے قدم رکھے میں پوری زمین نو پاک کر چھڈیا پوری زمین نو پاک کر چھڈیا اگلا رنگ ویکھو جدو حضرت علیمہ سعدیہ آئی نا حضور نو چامن واسطے
ਤੇ ਜਦੋਂ ਹਜ਼ੂਰ ਦੀ ਨਜ਼ਰ ਪਹਿਲੀ ਪਹਿਲੀ ਹਜ਼ਰਤ ਅਲੀਮਾ ਸਾਦੀਆ ਦੇ ਚਿਹਰੇ ਤੇ ਲੱਗੀ ਤੇ ਹਜ਼ਰਤ ਅਲੀਮਾ ਸਾਦੀਆ ਦੀ ਨਜ਼ਰ ਮਹਿਬੂਬ ਦੇ ਚਿਹਰੇ ਤੇ ਲੱਗੀ। ਹਜ਼ੂਰ ਨੇ ਮੁਸਕਰਾ ਕੇ ਹਲੀਮਾ ਸਾਦੀਆ ਵੱਲ ਵੇਖਿਆ, ਮੇਰੇ ਮੁਰਸ਼ਦ ਕਾਮਿਲ ਆਰਫਾਂ ਦੇ ਸੁਲਤਾਨ ਨੇ ਇਹਦਾ ਰੰਗ ਬਿਆਨ ਕੀਤਾ। ਮੇਰੀ ਸਰਕਾਰ ਨੇ ਫਰਮਾਇਆ, ਹਜ਼ਰਤ ਹਲੀਮਾ ਸਾਦੀਆ ਨੇ ਜਦੋਂ ਹਜ਼ੂਰ ਨੂੰ ਚਾਇਆ, ਹਲੀਮਾ ਸਾਦੀਆ ਕੇ ਫਰਮਾਇਆ ਨੇ ਬੇ ਬਿਸਮਿਲਲਾ ਬੇ ਬਿਸਮਿਲਲਾ ਏ ਇਸਮੀ ਅੱਲਾਹ ਦਾ ਏ ਵੀ ਗਹਿਣਾ ਏ ਬਾਰਾ ਨਾਲ ਸ਼ਿਫਾਇਤ ਏ ਸਰਵਰ ਆਲਮੇ ਛੁੱਟ ਸੀ ਏ ਜਗੇ ਸਾਰਾ ਹੱਦੂ ਬੇਹੱਦ ਦਰੂਦ ਨਬੀ ਤੇ ਜਿਸ ਦਾ ਏ ਕੁੱਲ ਏ ਪਸਾਰਾ ਮੈਂ ਕੁਰਬਾਨ ਤੂੰ ਮੇਰਾ ਖਾ ਮਿਲਵਾ ਹੋ ਜਿਨ ਮਿਲਿਆ ਨਬੀ ਸਹਾਰਾ ਮੈਂ ਕੁਰਬਾਨ ਮੈਂ ਕੁਰਬਾਨ ਇਤਨਾ ਤੂੰ ਮੇਰਾ ਖਾ ਮਿਲਵਾ ਹੋ ਜਿਨ ਮਿਲਿਆ ਨਬੀ ਸੁਹਾਰਾ ਹਜ਼ਰਤ ਹਲੀਮਾ ਸਾਦੀਆ ਨੇ ਜਦੋਂ ਮਦਨੀ ਮਹਿਬੂਬ ਨੂੰ ਚਾਇਆ ਤੇ ਘਰ ਲੈ ਗਈਆਂ, ਆਪ ਫਰਮਾਦੀਆਂ ਨੇ ਉਹ ਕੱਚੀਆਂ ਦੀਵਾਰਾਂ ਵੀ ਚਮਕਣ ਲੱਗ ਪਈਆਂ, ਉਹ ਕੱਚੀਆਂ ਦੀਵਾਰਾਂ ਵੀ ਚਮਕਣ ਲੱਗ ਪਈਆਂ ਜਦੋਂ ਮਦਨੀ ਮਹਿਬੂਬ ਆਇਆ। ਹੁਣ ਰੰਗ ਵੇਖੋ, ਅੰਦਾਜ਼ ਵੇਖੋ, ਇਸ ਗਏ ਗੁਜ਼ਰੇ ਦੌਰ ਦੇ ਅੰਦਰ ਮਾਂ ਪੁੱਤਰ ਨੂੰ ਚਾਹੇ ਤੇ ਕਹਿੰਦੀ ਹੈ ਮੈਂ ਸਦਕੇ ਜਾਵਾਂ, ਹਮਸ਼ੀਰਾ ਚਾਹੇ ਤੇ ਕਹਿੰਦੀ ਹੈ ਮੈਂ ਵਾਰੀ ਜਾਵਾਂ, ਬਾਪ ਚਾਹੇ ਤੇ ਕਹਿੰਦਾ ਮੈਂ ਕੁਰਬਾਨ ਜਾਵਾਂ। ਫਿਰ ਜਦੋਂ ਹਜ਼ਰਤ ਹਲੀਮਾ ਸਾਦੀਆ ਨੇ ਕਮਲੀ ਵਾਲੇ ਨੂੰ ਸੀਨੇ ਨਾਲ ਲਾਇਆ ਹੋਵੇਗਾ, ਕੈਸਾ ਰੰਗ ਹੋਵੇਗਾ, ਕੈਸਾ ਅੰਦਾਜ਼ ਹੋਵੇਗਾ। ਹਜ਼ਰਤ ਹਲੀਮਾ ਸਾਦੀਆ ਫਰਮਾਦੀਆਂ ਨੇ ਖੇਡੀ ਲੈ ਮੇਰੇ ਤੁਸੀਂ ਨੇ ਤੇ ਉਹ ਕਿਹੜਾ ਸੀਨਾ ਹੈ, ਅਲਮ ਨਸ਼ਰਹ ਲਖ ਸਦਰਕ ਵਵਦਅਨਾ ਲਖ ਜ਼ਿਕਰਕ, ਉਹ ਕਿਹੜਾ ਸੀਨਾ ਹੈ ਜੇ ਸੀਨੇ ਦੀਆਂ ਰੱਬ ਨੇ ਕਸਮਾਂ ਚਾਹੀਆਂ। ਉਹ ਸੀਨਾ ਹਜ਼ਰਤ ਹਲੀਮਾ ਸਾਦੀਆ ਨੇ ਚਾਇਆ, ਹਜ਼ੂਰ ਨੂੰ ਇੰਜ ਸੀਨੇ ਨਾਲ ਲਾ ਕੇ ਕਹਿੰਦੀ ਹੈ ਖੇਡੀ ਲੈ ਮੇਰੇ ਤੁਸੀਂ ਨੇ ਤੇ ਤੂੰ ਬਾਹਰ ਨਾ ਖੇਡਣ ਜਾਇਆ ਕਰੇ, ਤੂੰ ਚੜੇ ਜਵਾਨੀ ਖੈਰ ਦੀ ਤੈਨੂੰ ਨਜ਼ਰ ਨਾ ਲੱਗੇ ਕਿਸੇ ਗੈਰ ਦੀ, ਇਹ ਮੈਂ ਵੀ ਮਨਾ ਕੇ ਵੇਖ ਲਵਾ ਤੂੰ ਕਦੇ ਕਦੇ ਰੁੱਸ ਜਾਇਆ ਕਰ, ਇਹ ਮੈਂ ਵੀ ਮਨਾ ਕੇ ਵੇਖ ਲਵਾ ਤੂੰ ਕਦੇ ਕਦੇ ਰੁੱਸ ਜਾਇਆ ਕਰ। ਹਜ਼ਰਤ ਹਲੀਮਾ ਸਾਦੀਆ ਫਰਮਾਦੀਆ ਨੇ ਮੈਂ ਹਜ਼ੂਰ ਨੂੰ ਚਾਇਆ ਸੀਨੇ ਨਾਲ ਲਾਇਆ ਔਰ ਮੇਰੇ ਘਰ ਦੇ ਅੰਦਰ ਹਜ਼ੂਰ ਗਏ ਤੇ ਬਰਕਤਾਂ ਆ ਗਈਆਂ, ਲੋਕਾਂ ਨੂੰ ਕੋਈ ਤਕਲੀਫ ਹੋਵੇ ਆ ਤੇ ਆ ਜਾਂਦੇ ਹਨ।
حضور علیہ الصلوۃ والسلام دا ہاتھ مبارک اٹھا کے اپنے درد علی تکلیف علی جگہ تے رکھ دیندے ہیں، انہاں دی تکلیف ہٹ ویندی ہے، انہاں دے دکھ ہٹ ویندے ہیں، انہاں دی پریشانی ہٹ ویندی ہے۔ میرے مرشد کامل عارفاں دے سلطان نے تذکرہ فرمایا، آپ فرماتے ہیں مرشد میرا شوباز الہی ونج رلی سنگ حبیبا تقدیر الہی میں چھکیا ڈورا او میں تیر لسا نالے نصیبا او کوڑے اندے دکھ دور کرے دے وہ دکھ دور کریں دے کرے شفا اے مریضا ہر دکھ درد دا دارو تو میں او میرا کامل باہو کیوں کتنے بس طبیبا دعا کرو میری تے تواڈی حاضری اللہ کریم اپنے پاک دربار وچ قبول فرمائے۔